ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਰੋਡ ਸ਼ੋਅ ਕੀਤਾ। ਇਸ ਮੌਕੇ ਉਹਨਾਂ ਨਾਲ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ਼ੇਰ ਸਿੰਘ ਸ਼ਹਿਰੀ ਕਲਸੀ ਵੀ ਮੌਜੂਦ ਸਨ, ਜਿੱਥੇ ਇਸ ਦੌਰਾਨ ਉਹਨਾਂ ਵੀ ਕਿਹਾ ਹੈ ਕਿ ਸਾਡੇ ਪਾਰਟੀ ਤੋਂ ਚੋਣ ਲੜਨ ਵਾਲੀ ਤੁਹਾਡੀ ਸਮੱਸਿਆ ਜਾਣਦੇ ਨੇ, ਇਸ ਲਈ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ, ਤਾਂ ਹੀ ਤੁਹਾਡੀ ਸਮੱਸਿਆ ਦਾ ਹੱਲ ਹੋਵੇਗਾ। ਅੱਜ ਜਿਹੜਾ ਮੈਂ ਧੰਨਵਾਦ ਕਰਦਾ ਜੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਅੱਜ ਰੋਡ ਸ਼ੋਅ ਜਿਹੜਾ ਚੱਲ ਰਿਹਾ ਉਹਨਾਂ ਦਾ ਹਰੇ ਨਹੀਂ, ਔਰ ਦੇਖ ਕੇ ਲੋਕਾਂ ਦਾ ਪਿਆਰ ਮਾਣ ਸਤਿਕਾਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਵੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਵੱਖਰੀ ਨਿਗਾਹ ਦੇ ਵਿੱਚ ਇੱਕ ਆਸ ਆ ਵੀ ਯਾਰ ਲੰਮਾ ਸਮਾਂ ਕਾਂਗਰਸ ਵੇਖ ਲਈ, ਬੀਜੇਪੀ ਵੇਖ ਲਈ, ਅਕਾਲੀ ਦਲ ਵੇਖ ਲਈ, ਆਮ ਆਦਮੀ ਪਾਰਟੀ ਹੁਣ ਵਧੀਆ ਕੁਛ ਕਰ। ਅੱਜ ਕਲਾਨੂਰ ਤੋਂ ਹੋ ਕੇ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਹੋ ਕੇ ਫਤਿਹਗੜ੍ਹ ਚੂੜੀਆਂ, ਫਤਿਹਗੜ੍ਹ ਚੂੜੀਆਂ ਤੋਂ ਬਾਅਦ ਬਟਾਲੇ ਵਿਖੇ ਪਹੁੰਚਾਂਗੇ। ਸਹਿਯੋਗ ਮਿਲਿਆ ਲੋਕਾਂ ਵੱਲੋਂ? ਸਹਿਯੋਗ ਬਹੁਤ ਜ਼ਿਆਦਾ, ਮਾਣ ਸਤਿਕਾਰ ਪਿਆਰ ਮਿਲ ਰਿਹਾ ਲੋਕਾਂ ਦਾ ਜੀ, ਔਰ ਰਹਿਣੀ ਆ ਜਿਹੜਾ ਇੰਨਾ ਪਿਆਰ ਦੇ ਰਹੇ। ਮੋਦੀ ਜੀ ਰੈਲੀ ਕਰਕੇ ਗਿਰਦਾਫਰ ਕਰ ਰਹੇ ਆ, ਕੀ ਕਹਿਣਾ ਦੇ? ਸੋ ਦੇਖੋ ਪਾਰਟੀਆਂ ਦਾ ਹਰ ਇੱਕ ਨੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਤਾਂ ਕਰਨਾ, ਪਰ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਜੀ। ਅੱਜ ਜਿਹੜਾ ਮੈਂ ਧੰਨਵਾਦ ਕਰਦਾ ਜੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਅੱਜ ਰੋਡ ਸ਼ੋਅ ਜਿਹੜਾ ਚੱਲ ਰਿਹਾ ਉਹਨਾਂ ਦਾ ਹਰੇ ਨਹੀਂ, ਔਰ ਦੇਖ ਕੇ ਲੋਕਾਂ ਦਾ ਪਿਆਰ ਮਾਣ ਸਤਿਕਾਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਵੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਵੱਖਰੀ ਨਿਗਾਹ ਦੇ ਵਿੱਚ ਇੱਕ ਆਸ ਆ ਵੀ ਯਾਰ ਲੰਮਾ ਸਮਾਂ ਕਾਂਗਰਸ ਵੇਖ ਲਈ, ਬੀਜੇਪੀ ਵੇਖ ਲਈ, ਅਕਾਲੀ ਦਲ ਵੇਖ ਲਈ, ਆਮ ਆਦਮੀ ਪਾਰਟੀ ਹੁਣ ਵਧੀਆ ਕੁਛ ਕਰ। ਅੱਜ ਕਲਾਨੂਰ ਤੋਂ ਹੋ ਕੇ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਹੋ ਕੇ ਫਤਿਹਗੜ੍ਹ ਚੂੜੀਆਂ, ਫਤਿਹਗੜ੍ਹ ਚੂੜੀਆਂ ਤੋਂ ਬਾਅਦ ਬਟਾਲੇ ਵਿਖੇ ਪਹੁੰਚਾਂਗੇ। ਸਹਿਯੋਗ ਮਿਲਿਆ ਲੋਕਾਂ ਵੱਲੋਂ? ਸਹਿਯੋਗ ਬਹੁਤ ਜ਼ਿਆਦਾ, ਮਾਣ ਸਤਿਕਾਰ ਪਿਆਰ ਮਿਲ ਰਿਹਾ ਲੋਕਾਂ ਦਾ ਜੀ, ਔਰ ਰਹਿਣੀ ਆ ਜਿਹੜਾ ਇੰਨਾ ਪਿਆਰ ਦੇ ਰਹੇ। ਮੋਦੀ ਜੀ ਰੈਲੀ ਕਰਕੇ ਗਿਰਦਾਫਰ ਕਰ ਰਹੇ ਆ, ਕੀ ਕਹਿਣਾ ਦੇ? ਸੋ ਦੇਖੋ ਪਾਰਟੀਆਂ ਦਾ ਹਰ ਇੱਕ ਨੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਤਾਂ ਕਰਨਾ, ਪਰ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਜੀ। ਅੱਜ ਜਿਹੜਾ ਮੈਂ ਧੰਨਵਾਦ ਕਰਦਾ ਜੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਅੱਜ ਰੋਡ ਸ਼ੋਅ ਜਿਹੜਾ ਚੱਲ ਰਿਹਾ ਉਹਨਾਂ ਦਾ ਹਰੇ ਨਹੀਂ, ਔਰ ਦੇਖ ਕੇ ਲੋਕਾਂ ਦਾ ਪਿਆਰ ਮਾਣ ਸਤਿਕਾਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਵੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਵੱਖਰੀ ਨਿਗਾਹ ਦੇ ਵਿੱਚ ਇੱਕ ਆਸ ਆ ਵੀ ਯਾਰ ਲੰਮਾ ਸਮਾਂ ਕਾਂਗਰਸ ਵੇਖ ਲਈ, ਬੀਜੇਪੀ ਵੇਖ ਲਈ, ਅਕਾਲੀ ਦਲ ਵੇਖ ਲਈ, ਆਮ ਆਦਮੀ ਪਾਰਟੀ ਹੁਣ ਵਧੀਆ ਕੁਛ ਕਰ। ਅੱਜ ਕਲਾਨੂਰ ਤੋਂ ਹੋ ਕੇ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਹੋ ਕੇ ਫਤਿਹਗੜ੍ਹ ਚੂੜੀਆਂ, ਫਤਿਹਗੜ੍ਹ ਚੂੜੀਆਂ ਤੋਂ ਬਾਅਦ ਬਟਾਲੇ ਵਿਖੇ ਪਹੁੰਚਾਂਗੇ। ਸਹਿਯੋਗ ਮਿਲਿਆ ਲੋਕਾਂ ਵੱਲੋਂ? ਸਹਿਯੋਗ ਬਹੁਤ ਜ਼ਿਆਦਾ, ਮਾਣ ਸਤਿਕਾਰ ਪਿਆਰ ਮਿਲ ਰਿਹਾ ਲੋਕਾਂ ਦਾ ਜੀ, ਔਰ ਰਹਿਣੀ ਆ ਜਿਹੜਾ ਇੰਨਾ ਪਿਆਰ ਦੇ ਰਹੇ। ਮੋਦੀ ਜੀ ਰੈਲੀ ਕਰਕੇ ਗਿਰਦਾਫਰ ਕਰ ਰਹੇ ਆ, ਕੀ ਕਹਿਣਾ ਦੇ? ਸੋ ਦੇਖੋ ਪਾਰਟੀਆਂ ਦਾ ਹਰ ਇੱਕ ਨੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਤਾਂ ਕਰਨਾ, ਪਰ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਜੀ। ਥੈਂਕ ਯੂ ਥੈਂਕ ਯੂ।